ਲੋਕਾਂ ਨੂੰ ਪੁੱਛਣਿਆ ਭੋਲਾ ਰਿਕਾਰਡ ਜਿਹੜੀਆਂ ਹਰਕਤਾਂ ਕਰ ਰਿਹਾ ਭੋਲਾ ਜੀ ਐ ਵੇਖੋ ਤੁਸੀਂ ਨਾ ਢੋਲਕੀ ਲੈ ਕੇ ਵਜਾਇਆ ਕਰੋ ਤੁਹਾਡਾ ਕੰਮ ਟਿਕਟੋਕ ਤੇ ਨਹੀਂ ਹੁੰਦਿਆ ਤੁਹਾਡੀ ਮਿਹਰਬਾਨੀ ਤੁਸੀਂ ਬੱਚੀਆਂ ਪਾ ਲਵੋ ਸ਼ਾਬਾਸ਼ ਫਰਾਜ਼ ਤਹਿਸੀਲ ਭੋਲਾ ਰਿਕਾਰਡ ਨਹੀਂ ਜਿਹੜਾ ਭੋਲੇ ਦਾ ਰਿਕਾਰਡ ਟੁੱਟ ਗਿਆ ਟਿਕਟਾਕ ਰਹੇਗਾ ਟਿਕਟਾਕ ਰਹੇਗਾ ਆਇਸ਼ਾ ਕਰਮ ਦਾ ਵੀ ਕੇਸ ਆਇਆ ਸੀ ਉਹਨੇ ਦਾ ਵੀ ਆ ਗਿਆ ਸ਼ਰੀਫ ਘਰਾਣੇ ਦੀ ਬੱਚੀ ਦਾ ਕੀ ਕੰਮ ਹੈ ਹੋਟਲ 'ਚ ਜਾਣਾ ਸਮਝ ਰਹੇ ਹੋ ਭੋਲੇ ਰਿਕਾਰਡ ਦਾ ਪਤਾ ਹੀ ਹੋਏ 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 ਅਸੀਂ ਕਿਉਂ ਕਿ ਫੈਨ ਆ ਬਾਛੋ भोला भाई है कोई मसला आके कढ़ी असला भोला भैया आप सीनियो फनी क्लास कर रहे हो लड़कियों के साथ आपको शर्म आ रही है या नहीं आ रही क्या कर रहे हो सीनियो फनी क्लास कर रहे हैं या बच्चियों के साथ सीनियो फनी क्लास वो क्या होता है वो भोला भाई समझ जाएंगे उनको पता है वे जानिया सा खानिया तेरे जे आवे दूजा मैनू नहीं हो लबना वे भेजा जा आज तो मैं तेरी अस्सलाम वालेकुम नाज़रीन मैं हूं आपका भाई आपका दोस्त और आपका वही फनी सा हौस लाहौरी जानू नाज़रीन सोशल मीडिया का वड्डा स्टार भोला रिकॉर्ड अज लोगों को पूछने भोला रिकॉर्ड जड़ियां हरकतें कर रहे हैं फैन फॉलोइंग नहीं ना गवा बैठे अपनी आयो मेरे नाल भोला रिकॉर्ड नु जानदे हो भोला रिकॉर्ड नु कौन नहीं जानदा पैना इस टाइम पाकिस्तान दे विच कैसे फैन हो दे किड्डा हुंदा फुटबॉल वगैरह सेड़े अल्लाह दी कसम ਉਹਨੂੰ ਤੇ ਉਹਨੂੰ ਯਕੀਨ ਕਰੋ ਇਹ ਭੋਲਾ ਰਿਕਾਰਡ ਪਾਕਿਸਤਾਨ 'ਚ ਰਹਿਣਾ ਪੈਦਾ ਹੁੰਦਾ ਅਤੇ ਉਹਨੂੰ ਫੁੱਟਬਾਲ ਬਣਨਾ ਸੀ ਸਲਾਮ 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 ਭੋਲਾ ਜੀ ਇਹ ਵੇਖੋ ਤੁਸੀਂ ਨਾ ਢੋਲਕੀ ਲੈ ਕੇ ਵਜਾਇਆ ਕਰੋ ਤੁਹਾਡਾ ਕੰਮ ਟਿਕਟੋਕ ਤੇ ਨਹੀਂ ਹੁੰਦਿਆ ਤੁਹਾਡੀ ਮਿਹਰਬਾਨੀ ਤੁਸੀਂ ਬੱਚੀਆਂ ਪਾ ਲਵੋ ਸ਼ਾਬਾਸ਼ ਫਰਾਜ਼ ਤਹਿਸੀਲ ਫਰਾਜ਼ ਤਹਿਸੀਲ ਚਿੰਗ ਜੀ ਰਕਸ਼ੇ ਪਾ ਲਵੋ ਸਕੂਲ ਲੈ ਆਇਆ ਜਾਇਆ ਕਰੋ ਬੱਚਿਆਂ ਨੂੰ ਲੈ ਕੇ ਅੱਧਰ ਗਏ ਤੇ ਇੱਧਰ ਹੈ ਤੁਹਾਡਾ ਕੰਮ ਨਹੀਂ ਗਾ ਭੋਲਾ ਰਿਕਾਰਡ ਨਹੀਂ ਜਿਹੜਾ ਭੋਲੇ ਦਾ ਰਿਕਾਰਡ ਟੁੱਟ ਗਿਆ ਭੋਲਾ ਐਂਡ ਤੇ ਮੈਂ ਗੱਲ ਕਹਾਂਗਾ ਵੈਸੇ ਯਕੀਨ ਕਰ ਜੰਗਲੀ ਗੈਂਡਾ ਹੁੰਦਾ ਮੜੇ ਅੱਲਾ ਦੀ ਕਸਮੇ ਤੇਰੇ ਦੋ ਸਿੰਘ ਬਾਕੀ ਨੇ ਉਂਝ ਤੇਰੇ 'ਚ ਕੋਈ ਹੜਕਤਾਂ ਨਹੀਂ ਇਨਸਾਨ ਨਾਲ ਹੀ ਹੈਗੀਆਂ ਬਸ ਕਰ ਦੇ ਸ਼ਰਮ ਕਰ ਲੈ ਸ਼ਰਮ ਕਰ ਲੈ ਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਸਭ ਕੀ ਹਾਲ ਹੈ ਠੀਕ ਹੈ ਫਸਟ ਕਲਾਸ ਤੁਹਾਡਾ ਤਜਰਬਾ ਹੈ ਨਾ ਭੋਲੇ ਰਿਕਾਰਡ ਦੇ ਬਾਰੇ ਕੁਝ ਦੱਸੋ ਯਾਰ ਉਹ ਟਿਕਟਾਕ ਰਹੇਗਾ ਟਿਕਟਾਕ ਅੱਗੇ ਆਇਸ਼ਾ ਕਰਮ ਦਾ ਵੀ ਕੇਸ ਆਇਆ ਸੀ ਉਹਨੇ ਦਾ ਵੀ ਆ ਗਿਆ ਜ਼ਾਹਰੀ ਗੱਲ ਹੈ ਕੋਈ ਵਿੱਚ ਕੁਛ ਹੋਏਗਾ ਤਾਂ ਹੀ ਹੋਇਆ ਨਾ ਜੀ ਅਤੇ ਜੇ ਨਾ ਹੋਇਆ ਹੁੰਦਾ ਤਾਂ ਨਾ ਹੁੰਦਾ ਹਾਂਜੀ ਜੇ ਉਹਨੇ ਹੋਟਲ 'ਚ ਬੁਲਾਇਆ ਉੱਤੇ ਉਹ ਕੀ ਹਿਲਟਨ ਹੋਟਲ 'ਚ ਬੁਲਾਇਆ ਉੱਥੇ ਕਸੂ ਖੁਰਸ਼ੀਦ ਕਸੂਰੀ ਰੋਡ ਦੇ ਉੱਤੇ ਕਮਰਾ ਨੰਬਰ ਵੀ ਦੱਸਦੀ ਪਈ ਹੈ ਅਤੇ ਜ਼ਾਹਰੀ ਗੱਲ ਹੁਣ ਤਾਂ ਨਾਲੇ ਮਾਮਲਾ ਤਾਂ ਐਡੇ ਆਸਾਨ ਹੋ ਗਏ ਨੇ ਕਿ ਲੈਬੋਰਟਰੀ ਟੈਸਟ ਕਰਾਓ ਡੀ ਐਨ ਏ ਕਰਾਓ ਤਾਂ ਮਾਮਲਾ ਸਿੱਧਾ ਹੋ ਜਾਂਦਾ ਹੋਟਲ 'ਚ ਬੁਲਾਇਆ ਉਹਨੂੰ ਸ਼ੱਕ ਨਹੀਂ ਹੋਇਆ ਹੁੰਦੇ ਤਾਂ ਨਾ ਜਾਂਦੀ ਉਹ ਵੀ 50% ਉਹ ਵੀ ਰਜ਼ਾਮੰਦ ਦੇ ਨਾਲ ਜ਼ਾਹਰੀ ਗੱਲ ਹੈ ਉਹ ਕਿਉਂ ਗਈ ਹੋਟਲ 'ਚ ਇੱਕ ਅੱਛੀ ਬੱਚੀ ਸ਼ਰੀਫ ਬੱਚੀ ਫਿਰ ਸ਼ਰੀਫ ਘਰਾਣੇ ਦੀ ਬੱਚੀ ਦਾ ਕੀ ਕੰਮ ਹੈ ਹੋਟਲ 'ਚ ਜਾਣਾ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਜੀ ਉਹ ਬੁਲਾਇਆ ਤੂੰ ਕਾਹਦੇ ਵਾਸਤੇ ਬੁਲਾਇਆ ਰੈਸਟੋਰੈਂਟ ਦੇ ਖਾਣ ਪੀਣ ਵਾਲੀ ਜਗ੍ਹਾ 'ਤੇ ਬੰਦਾ ਮੀਟਿੰਗ ਕਰ ਲੈ ਹਾਂਜੀ ਉੱਥੇ ਮੀਟਿੰਗ ਕਰ ਲੈਂਦਾ ਹੁਣ ਹੋਟਲ ਦੇ ਕਮਰੇ 'ਚ ਉਹਨੂੰ ਬੁਲਾਇਆ ਸੀ 500 ਕਿੰਨੇ ਨੰਬਰ ਕਮਰਾ ਮੈਂ ਅਖਬਾਰ 'ਚ ਖਬਰ ਪਾ ਪੜ੍ਹਨਾ ਵਾ ਉਹਦੀ ਅਤੇ ਜ਼ਾਹਰੀ ਗੱਲ ਤੂੰ ਕੀ ਕਰਨ ਗਈ ਹੈ ਅਤੇ ਭੋਲੇ ਦੀ ਕੋਈ ਗਲਤੀ ਨਹੀਂ 50-50 ਹੈ ਬਸ ਅੱਛਾ ਜੀ ਭੋਲੇ ਦੇ ਫੈਨ ਹੋ ਤੁਸੀਂ ਫੈਨ ਦੀ ਗੱਲ ਨਹੀਂ ਪੁੱਤਰ ਮੈਂ ਟਿਕਟੋਕਰ ਨੂੰ ਮੈਂ ਪਸੰਦ ਨਹੀਂ ਕਰਦਾ ਅੱਛਾ ਗੱਲ ਹੈਗੀ ਕਿ ਜਿੱਥੇ ਨੈਗੇਟਿਵ ਪੋਜ਼ਿਟਿਵ ਹੋਏਗਾ ਨਾ ਉੱਥੇ ਜ਼ਾਹਰੀ ਗੱਲ ਹੈ ਦੋਵਾਂ ਦਾ ਕੋਈ ਗੜਬੜ ਹੋਏ 50-50 ਹੋਏ ਹਾਂਜੀ ਅੱਲੜ ਬੱਲੜ ਬਾਵੇ ਦਾ ਜ਼ਰੂਰ ਵਿੱਚ ਹੈ ਵੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਵਾਗੇ ਕੀ ਹਾਲ ਹੈ ਭੋਲੇ ਰਿਕਾਰਡ ਦਾ ਪਤਾ ਹੀ ਹੋਏ 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 ਅਸੀਂ ਕਿਉਂ ਕਿ ਫੈਨ ਆ ਬਾਛੋ ਫੈਨ ਹੀ ਉਹਦਾ ਹਾਂਜੀ ਲੋਕਾਂ ਦਾ ਜ਼ਿਆਦਤੀ ਕਰ ਰਿਹਾ ਠੀਕ ਹੈ ਮੈਂ ਕਹਿੰਦਾ ਇਹ ਜ਼ਾਇਕੀ ਨਹੀਂ ਬਿਲਕੁਲ ਇੱਕ ਨੰਬਰ ਕੇ ਪੁਆਇੰਟ ਵਗੈਰਾ ਸਹੀ ਹੈ ਤੇ ਉਹ ਜ਼ਿਆਦਤੀ ਨਹੀਂ ਕਰਦਾ ਨਾ ਬਾਛੋ ਅਗਲਾ ਲਾਂਗਿਆ ਪਿਛਲਾ ਹੀ ਵਾਪਰਾਂਗਿਆ ਇਹ ਕੀ ਹੈ ਆਹੋ ਨਾਜ਼ਰੀਨ ਅੱਗੇ ਚੱਲੀਏ ਨਹੀਂ ਤੇ ਮੈਨੂੰ ਵੀ ਆਦਤ ਪੈ ਜਾਣੀ ਜੇ ਅੱਛਾ ਹੀਰੋ ਬਾਈ ਆ ਦੱਸੋ ਇੱਕ ਹੋਰ ਹੀਰੋ ਹੈਗਾ ਭੋਲਾ ਰਿਕਾਰਡ ਜਾਣਦੇ ਹੋ ਉਹਨੂੰ ਓਏ ਆਹੋ ਚਿੱਬਰ ਮੂਵਾ ਜਾਂ ਗੰਜਾ ਜਾਂ ਉਹ ਜਿਹੜਾ ਟਿਕਟੋਕ ਤੇ ਵੀ ਆਉਂਦਾ ਅੱਜ ਕੱਲ੍ਹ ਉਹ ਜਿਹੜਾ ਹਾਂਜੀ ਉਹੀ ਜਿਹਦਾ ਕੇਸ ਚੱਲ ਰਿਹਾ ਉਹ ਜਿਹਦਾ ਕੇਸ ਚੱਲ ਰਿਹਾ ਕੁੜੀ ਦੇ ਚੱਕਰਾਂ 'ਚ ਉਹ ਜਿਹਨੇ ਲੱਕੇਬਾਜ਼ੀ ਦੇ ਵੀ ਪਰਚੇ ਨੇ ਕਿਸੇ ਕਿਸੇ ਲੋਕ ਰਹਿੰਦੇ ਯਾਰ ਯਾਰ ਅੱਛਾ ਬੰਦਾ ਸੀ ਯਾਰ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਯਾਰ ਭੋਲੇ ਰਿਕਾਰਡ ਬਣਾ ਦਾ ਹੋ ਗਏ ਯਾਰ ਤੂੰ ਕਿਉਂ ਇੰਜ ਦੀਆਂ ਹਰਕਤਾਂ ਕਰ ਰਹੇ ਹੈ ਬਦਲ ਮੇਰੀ ਜਾਨ ਦੇ ਟੋਟੇ ਸਾਰੀਆਂ ਧੀਆਂ ਭੈਣਾਂ ਨੇ ਯਾਰ ਟਿਕਟੋਕ ਤੇ ਆਉਂਦੀਆਂ ਨੇ ਠੀਕ ਹੈ ਮੰਨਦੇ ਹਾਂ ਲੇਕਿਨ ਤੂੰ ਇਸ ਤਰ੍ਹਾਂ ਦੀਆਂ ਹਰਕਤਾਂ 'ਤੇ ਨਾ ਨਾ ਕਰ ਭੋਲੇ ਰਿਕਾਰਡ ਡੈਸ ਔਲ ਅਤੇ ਕੱਢ ਲਈ ਅਸੀਂ ਪਿਸਤੌਲ ਠੀਕ ਹੈ ਭੋਲਾ ਬਈ ਹੈ ਕੋਈ ਮਸਲਾ ਆ ਕੇ ਕੱਢੀ ਅਸਲਾ ਸ਼ਮਸ਼ੇਰ ਸਿੰਘ ਜੀ ਭੋਲੇ ਰਿਕਾਰਡ ਦਾ ਤਾਂ ਪਤਾ ਹੋਣਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਹਿੰਦਾ ਬਹੁਤ ਰਾਮ ਮੌਤ ਮਰੋਗੇ ਕਿ ਬੜੀਆ ਥਾ ਗੁਰੂ
ਉਹ ਅੱਜ ਕੱਲ ਆਪ ਰਾਮ ਮੌਤ ਮਾਰੇਗਾ ਹੁਣ ਉਹਨੇ ਬੱਚੀ ਨਾਲ ਜਾਤੀ ਜੁੱਤੀ ਕੀਤੀ ਹੈ ਮੈਂ ਸੁਣਿਆ ਸੁਣਿਆ ਬਾਈ ਸਹੀ ਕਹਿ ਰਿਹਾ ਹਾਂਜੀ ਬਾਈ ਸਹੀ ਕਹਿ ਰਿਹਾ ਤੁਸੀਂ ਉਹਦੇ ਫੈਨ ਹੋ ਹਾਂਜੀ ਬਾਈ ਟਿਕਟੋਕ ਵੇਖਦੇ ਹਾਂ ਪਹਿਲਾਂ ਉਹਦੇ ਫੈਨ ਸੀ ਲੇਕਿਨ ਹੁਣ ਉਹਦੇ ਫੈਨ ਨਹੀਂ ਹੈਗੇ ਹੁਣ ਕੀ ਆ ਹੁਣ ਉਹ ਜਿਹੜਾ ਖੱਚਾ ਮਾਰਨ ਲੱਗ ਗਿਆ ਟਿਕਟੋਕ ਦੇ ਬੋਤੀ ਚਾਤੀ ਕਰ ਹਾਂਜੀ ਪਰਚਾ ਵੀ ਹੋ ਗਿਆ ਹਾਂਜੀ ਹੋ ਗਿਆ ਐ ਨਹੀਂ ਹੋਣਾ ਚਾਹੀਦਾ ਸੀ ਅੱਛਾ ਹਾਂਜੀ ਭੋਲਾ ਬਾਈ ਬਾਜ ਆਇਓ 1 2 3 ਭੋਲਾ ਬਾਈ ਫ੍ਰੀ ਭੋਲਾ ਬਾਈ ਆਪ ਸੀਨੀਓ ਫਨੀ ਕਲੈਸ ਕਰ ਰਹੇ ਹੋ ਲੜਕੀਓ ਕੇ ਸਾਥ ਆਪਕੋ ਸ਼ਰਮ ਆ ਰਹੀ ਹੈ ਜਾਂ ਨਹੀਂ ਆ ਰਹੀ ਕਿਆ ਕਰ ਰਹੇ ਹੋ ਸੀਨੀਓ ਫਨੀ ਕਲੈਸ ਕਰ ਰਹੇ ਹੈ ਜਾਂ ਬੱਚਿਓ ਕੇ ਸਾਥ ਸੀਨੀਓ ਫਨੀ ਕਲੈਸ ਵੋ ਕੀ ਹੋਤਾ ਹੈ ਵੋ ਭੋਲਾ ਬਾਈ ਸਮਝ ਜਾਏਂਗੇ ਉਨਕੋ ਪਤਾ ਪੋਲਰ ਕਾਰਡ ਨਾਲ ਜਾਣਦੇ ਹੋ ਆਹੋ ਜਾਣਦਾ ਚੰਗੀ ਤਰ੍ਹਾਂ ਜਾਣਦੇ ਤੇ ਸੇਧ ਹੈਗਾ ਕੁਝ ਕਹਿਣਾ ਚਾਹੁੰਦੇ ਹੋ ਉਹਨੂੰ ਆਹੋ ਕਹਿਣਾ ਚਾਹੁੰਦਾ ਕੀ ਕਹਿਣਾ ਚਾਹੁੰਦੇ ਹੋ ਉਹਦੇ ਬੜੇ ਪੈਣ ਸਾਰੇ ਪੁਰਾਣੇ ਰੋਲੇ ਠੱਕ 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 ਸਲਾਮ ਅਲੈਕੁਮ ਵਾਲੇਕੁਮ ਸਲਾਮ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੈਡਮ ਬੁਸ਼ਰਾ ਨਾਜ਼ ਮੈਡਮ ਬੁਸ਼ਰਾ ਨਾਜ਼ ਪੋਲਰ ਕਾਰਡ ਨੂੰ ਜਾਣਦੇ ਹੋ ਤੁਸੀਂ ਨਹੀਂ ਮੈਂ ਤਾਂ ਕਿਸੇ ਕੋ ਨਹੀਂ ਜਾਣਦੀ ਬਸ ਮੈਂ ਸਿੰਗਰਾਂ ਕੋ ਜਾਣਦੀ ਹਾਂ ਮੈਂ ਖੁਦ ਗਾਤੀ ਹਾਂ ਸਿੰਗਰਾਂ ਨੂੰ ਜਾਣਦੇ ਹੋ ਹਾਂਜੀ ਮੈਂ ਸਿੰਗਰਾਂ ਕੋ ਜਾਣਦੀ ਛੱਡੋ ਭੋਲੇ ਨੂੰ ਭੋਲੇ ਦੀਆਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਨੇ ਪੰਜਾਬੀ ਦੀ ਅੱਛਾ ਜਿਹੜਾ ਪੰਜਾਬੀ ਖੁਸ਼ ਹੋ ਜਾਂਦੇ ਸੁਣ ਕੇ ਕਿ ਯਾਰ ਐਂ ਨਹੀਂ ਕਰਤਾ ਮੈਡਮ ਬੁਸ਼ਰਾ ਨੇ ਤੇ ਮੈਡਮ ਬੁਸ਼ਰਾ ਬੁਸ਼ਰਾ ਨਾਲ ਸਾਈਡ ਤੇ ਹੋਈਏ ਬੇਜਾ ਅੱਜ ਤੋਂ ਮੈਂ ਤੇਰੀ ਤੂੰ ਮੇਰਾ ਸਜਣਾ ਬੇਜਾ ਅੱਜ ਤੋਂ ਮੈਂ ਤੇਰੀ ਤੂੰ ਮੇਰਾ ਸਜਣਾ ਬੇਜਾ ਅੱਜ ਤੋਂ ਮੈਂ ਤੇਰੀ ਤੇਰੇ ਜੇ ਮਹਿਬੂਬ ਤੇ ਹੀਰੇ ਮਿਲਦੇ ਮੁਸ਼ਕਿਲ ਨਾਲ ਤੇਰੇ ਜੇ ਮਹਿਬੂਬ ਤੇ ਹੀਰੇ ਮਿਲਦੇ ਮੁਸ਼ਕਿਲ ਨਾਲ ਮੇਰੇ ਵੇਖ ਨਸੀਬ ਵੇ ਮੈਨੂੰ ਰਾਜੋ ਲੱਭ ਗਿਆ ਲਾਲ ਹੋ ਮੇਰੇ ਵੇਖ ਨਸੀਬ ਵੇ ਮੈਨੂੰ ਰਾਜੋ ਲੱਭ ਗਿਆ ਲਾਲ ਵੇ ਜਾਣੀਆਂ ਸਾਖਾਨੀਆਂ ਤੇਰੇ ਜੇ ਆਵੇ ਦੂਜਾ ਮੈਨੂੰ ਨਹੀਂ ਓ ਲੱਭਣਾ ਵੇ ਜਾ ਜਾ ਅੱਜ ਤੂੰ ਮੈਂ ਤੇਰੀ ਤੂੰ ਮੇਰਾ ਸਜਣਾ ਵੇ ਜਾ ਅੱਜ ਤੂੰ ਮੈਂ ਤੇਰੀ ਕਿੰਨੀ ਪਿਆਰੀ ਚੋਰੀ ਹੋਈ ਫੜ ਵੀ ਲਿਆ ਚੋਰ ਕਿੰਨੀ ਪਿਆਰੀ ਚੋਰੀ ਹੋਈ ਫੜ ਵੀ ਲਿਆ ਚੋਰ ਇਹੋ ਜੀ ਕਰਦਾ ਏ ਮੇਰਾ ਲੁੱਟੀ ਜਾਂ ਕੁਝ ਹੋਰ ਕੀ ਬਾਤ ਹੈ ਬੜੀ ਮਿਹਰਬਾਨੀ ਇਹੋ ਜੀ ਕਰਦਾ ਏ ਮੇਰਾ ਲੁੱਟੀ ਜਾਂ ਕੁਝ ਹੋਰ ਪਿਆਰ ਮੈਂ ਕਰਾਂ ਪਿਆਰ ਤੂੰ ਕਰੇ ਤੱਕ ਤੱਕ ਵੇ ਤੈਨੂੰ ਦਿਲ ਨਹੀਂ ਓ ਰਜਣਾ ਵੇ ਜਾ ਜਾ ਅੱਜ ਤੂੰ ਮੈਂ ਤੇਰੀ ਤੂੰ ਮੇਰਾ ਸਜਣਾ ਵੇ ਜਾ ਅੱਜ ਤੂੰ ਮੈਂ ਤੇਰੀ ਬਾਰ ਬਾਰ ਲੋਕਾਂ ਦਾ ਤੇ ਪਤਾ ਨਹੀਂ ਮੈਂ ਤੁਹਾਡਾ ਫੈਨ ਹੋ ਗਿਆ ਅਗਰ ਤੁਹਾਨੂੰ ਨਾਲ ਟੈਲੈਂਟ ਅੱਛਾ ਲੱਗ ਰਿਹਾ ਬੁਸ਼ਰਾ ਬੀਬੀ ਦਾ ਤੇ ਤੁਸੀਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਥੈਂਕ ਯੂ ਕਾਰਡ ਨਾਲ ਤੇ ਅਸੀਂ ਗੱਲਾਂ ਲੋਕਾਂ ਨਾਲ ਕਰਨ ਹੀ ਡੇ ਆ ਲੇਕਿਨ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਟੈਲੈਂਟ ਲੱਭਣਾ ਬੜੀ ਵੱਡੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਫਿਰ ਮਿਲਾਂਗੇ ਕਿਸੇ ਹੋਰ ਸ਼ੋਅ ਚ ਲੋਰੀ ਤੁਹਾਨੂੰ ਦੇ ਦਿਓ ਇਜਾਜ਼ਤ ਅੱਲਾ ਨਿਗਵਾਨ